ਮਾਪਿਆਂ ਦੀ ਖਾਮੋਸ਼ੀ ਤੋਂ ਡਰਿਆ ਕਰੋ ਜੇ ਉਹਨਾਂ ਦਾ ਦਿਲ ਦੁਖਾਇਆ ਹੋਵੇ, ਕਿਉਂਕਿ ਜੇ ਉਹਨਾਂ ਨੇ ਕੁਝ ਕਿਹਾ ਜਾਂ ਕੀਤਾ ਨਹੀਂ ਨਾ, ਤਾਂ ਬਦਲੇ 'ਚ ਰੱਬ ਜ਼ਰੂਰ ਕਰੂਗਾ। ਬੜੀਆਂ ਗੱਲਾਂ ਕਰਦੇ ਹਾਂ ਆਪਾਂ ਕੁੜੀਆਂ ਦੀਆਂ, ਕਦੇ ਮਾਂ ਪਿਓ ਦੀ ਕਰਕੇ ਦੇਖਿਓ, ਦਿਲ ਨੂੰ ਸਕੂਨ ਮਿਲੂਗਾ। ਮਾਪਿਆਂ ਅੱਗੇ ਤਾਂ ਰੱਬ ਵੀ ਝੁਕ ਜਾਂਦਾ, ਤਾਂ ਆਪਾਂ ਕਿੱਡੀ ਕੁ ਚੀਜ਼ ਹਾਂ। ਬਾਪੂ ਨਾਲ ਬਾਹਰਲਾ ਅਤੇ ਬੇਬੇ ਨਾਲ ਘਰ ਦਾ ਕੰਮ ਕਰਾਇਆ ਕਰੋ, ਕੁਝ ਨਹੀਂ ਘਟਦਾ ਆਪਣਾ, ਸੁੱਖ ਨਾਲ ਸੀਸਾਂ ਹੀ ਮਿਲਣਗੀਆਂ। ਜਿਹੜੇ ਮਾਪਿਆਂ ਨੇ ਸੁੱਖਾਂ ਸੁੱਖ ਸੁੱਖ ਲਿਆ ਨਾ ਆਪਾਂ ਨੂੰ, ਆਪਾਂ ਠੇਡੇ ਮਾਰਦੇ ਉਹਨਾਂ ਨੂੰ, ਸ਼ਰਮ ਆਉਣੀ ਚਾਹੀਦੀ ਇਹੋ ਜਿਹੀ ਗੱਲ 'ਤੇ। ਆਪਣੇ ਮਾਪਿਆਂ ਨੇ ਆਪਾਂ ਨੂੰ ਬਚਪਨ 'ਚ ਸ਼ਹਿਜ਼ਾਦਿਆਂ ਵਾਂਗ ਪਾਲਿਆ, ਤਾਂ ਆਪਣਾ ਵੀ ਫਰਜ਼ ਬਣਦਾ ਕਿ ਉਹਨਾਂ ਦੇ ਬੁਢਾਪੇ 'ਚ ਉਹਨਾਂ ਨੂੰ ਬਾਦਸ਼ਾਹਾਂ ਵਾਂਗੂ ਰੱਖੀਏ। ਮੈਨੂੰ ਪਤਾ ਮੇਰੀ ਆਹ ਵੀਡੀਓ ਸਾਰੇ ਦੇਖਣਗੇ ਅਤੇ ਸ਼ੇਅਰ ਵੀ ਕਰਨਗੇ, ਪਰ ਕਿਸੇ ਨੇ ਇਸ 'ਤੇ ਅਮਲ ਨਹੀਂ ਕਰਨਾ। ਬੇਨਤੀ ਕਰਦਾ ਵੀਡੀਓ ਸ਼ੇਅਰ ਤਾਂ ਹੀ ਕਰਿਓ ਜੇ ਗੱਲਾਂ 'ਤੇ ਅਮਲ ਕਰੋਗੇ ਤਾਂ।